हां जी मेरे यार आराम से जा रहा हूँ कि हाल चाल है सब कुछ कमाल है। तो गाइज आज असी आ चुके थोड़े कोल फिर एक नवा व्लॉग लेके वापस। तो गाइज आज दे इस व्लॉग च आप चले हैं डीएवी कॉलेज चले हैं आप, मतलब जलंधर का ला लो सब तो जितना फेमस कॉलेज ही है। तो मतलब जेडे बंदे ने जब प्लस टू बाद थोड़ी बहुत हैश भी करनी थोड़ी बहुत पढ़ाई भी करनी ज्यादातर जिदा का मैनू सुनने आया है वो इस कॉलेज एडमिशन लेंदा है। तो देखते हैं चलते हैं उधर की हिसाब किताब है, मतलब फीस स्ट्रक्चर वगैरह की है, होस्टल का की चार्जिज है, पढ़ाई मतलब सही है कि नहीं है, कैंपस टूर कराने हैं। तो इस नाल लेट्स बिगिन। आप हम मतलब बड़ी देर बाद आया व्लॉग वापस, तो उदय किदा का फील आ रही है? बहुत बढ़िया लग रहा है, काफी देर बाद आप ज्वाइन किया है, आप लो जी जा नहीं पैसे किसी वजह से नाल। तो गाइस पिछले व्लॉग तुसी देखे होना एपीजे बारे, तो हुन आ बंदे आ चुके हैं इत्थे, तो दसो अपने कॉलेज बारे। आ तो नहीं डीएवी पढ़दे ते आपां सवेरे कल सवेरे मतलब जाना आपां डीएवी कॉलेज, मतलब अज रात आपां रुक रहे हैं। तो रात दा नाइट आउट तुसी जे व्लॉग देखना तुसी किन्नी वारी देखना है ते दस यार माड़ा पिछला नहीं जिहड़ा मर्जी देख लो यार, ऑलरेडी एक दो बन चुके। तो हुण दसो यार अपने कॉलेज बारे थोड़ा बहुत। ਜਿਹੜਾ ਕਿ ਕਾਲਜ ਆ ਅਗਰ ਆਪਾਂ ਕੰਪੈਰੀਜ਼ਨ ਪਿਛਲੇ ਵਲੌਗ ਚ ਦੀ ਐਪੀਜ਼ ਦੇਖਿਆ ਹੋਣਾ ਉਹਦੇ ਨਾਲ ਕਰੀਏ ਤੇ ਸਾਡਾ ਕਾਲਜ ਉਹਦੇ ਨਾਲੋਂ ਬਹੁਤ ਹੀ ਵੱਡਾ ਹੈ, ਠੀਕ ਹੈ? ਤੇ ਕੰਪੈਰੀਜ਼ਨ ਕੀਤਾ ਜਾ ਸਾਈਜ਼ ਚ ਸਾਈਜ਼ ਚ ਸਾਈਜ਼ ਵੱਡਾ ਪਲਾਟ ਲਿੱਤਾ ਕਰੇ ਇਹਨਾਂ ਨੇ ਪਲਾਟ ਲਿੱਤਾ ਸੀ ਇਹਨਾਂ ਨੇ, ਲੇਕਿਨ ਲੇਕਿਨ ਉਹ ਕਾਲਜ ਭਾਵੇਂ ਛੋਟਾ ਹੈ ਪਰ ਉੱਥੇ ਸਾਰੇ ਰਿਚ ਕਿਡਸ ਹੁੰਦੇ, ਰਿਚ ਕਿਡਸ ਤੇ ਜੇਤਨ ਨੇ ਵਾਲੀਆਂ ਤੇ ਆਪਾਂ ਦਾ ਫੋਨ ਦੇਖਿਆ ਹੀ ਹੋਣਾ ਭਰਾਵਾ, ਪਾਸਵਰਡ 1 2 3 4 5 6 ਐਂਡ ਗੈਸ ਅ ਨਵਾਂ ਫੋਨ ਇਸ ਬੰਦੇ ਦਾ ਚੇਤਨ ਓਪੀ। ਸਾਡੇ ਕਾਲਜ ਬਾਰੇ ਦੋ ਸ਼ਬਦ ਉਦੇ ਜੀ ਦੁਆਰਾ। ਉਦੇ ਜੀ ਅਬੇ ਕੋਰਸਿਸ ਕਿਹੜੇ ਕਿਹੜੇ ਇੱਥੇ? ਤੇਰਾ ਆਰਟਸ ਦੇ ਵੀ ਤੈਨੂੰ ਸਾਰੇ ਤਰੀਕੇ ਦੇ ਕੋਰਸਿਸ ਮਿਲੂਗੇ, ਤੇ ਜਿਹੜਾ ਦੂਸਰਾ ਕਮਰਸ ਦੇ ਹੈਗੇ ਉਹ ਵੀ ਸਾਰੇ ਕੋਰਸਿਸ ਮਿਲੂਗੇ ਵਿੱਚ, ਤੈਨੂੰ ਜਿੱਦਾਂ ਬੀਕਾਮ ਹੋ ਗਈ ਬੀਬੀਏ ਹੋ ਗਈ ਸਾਰੇ ਕੋਰਸਿਸ ਹੈਗੇ ਇੱਥੇ। ਅੱਛਾ, ਜਦੋਂ ਮੈਂ ਵੀ ਚੂਜ਼ ਕਰ ਰਿਹਾ ਸੀਗਾ ਨਾ ਕਾਲਜ ਦੇਖ ਰਿਹਾ ਸੀਗਾ, ਮੈਨੂੰ ਬਹੁਤ ਸਹੀ ਲੱਗਾ ਕਿ ਇਹਦੇ ਵਿੱਚ ਫੀਸ ਵੀ ਕਾਫੀ ਘੱਟ ਹੈਗੀ ਆ ਔਰ ਸਟਾਫ ਵੀ ਕਾਫੀ ਐਕਸਪੀਰੀਅੰਸਡ ਹੈਗਾ, ਮਤਲਬ 25-25-30-30 ਸਾਲ ਦਾ ਐਕਸਪੀਰੀਅੰਸ ਹੈਗਾ ਸਾਰਿਆਂ ਨੂੰ ਸਟਾਫ ਨੂੰ, ਤੇ ਇਸ ਕਰਕੇ ਮਤਲਬ ਮੈਂ ਚੂਜ਼ ਕੀਤਾ ਕਾਲਜ। ਅੱਛਾ, ਸੀਏ ਵਗੈਰਾ ਵਾਲੇ ਬੱਚਿਆਂ ਲਈ ਸਹੀ ਹੈ ਕਾਲਜ? ਸੀਏ ਕਰ ਰਹੇ ਬੱਚੇ ਉਹਨਾਂ ਨੂੰ ਵੀ ਕਾਫੀ ਐਡਵਾਂਟੇਜ ਹੈਗੀ ਇੱਥੇ ਕਿ ਜਿਹੜੇ ਆ ਅਟੈਂਡੈਂਸ ਉਹ ਨਹੀਂ ਲਗਾ ਪਾਉਂਦੇ ਹੈਗੇ ਇੱਥੇ, ਮਤਲਬ ਐਪਲੀਕੇਸ਼ਨ ਇੱਕ ਵਾਰੀ ਦੇ ਕੇ ਤੁਹਾਡੀ ਅਟੈਂਡੈਂਸ ਮਤਲਬ ਹੋ ਜਾਏਗੀ ਪੂਰੀ, ਤੇ ਤੁਹਾਨੂੰ ਕੋਈ ਇਸ਼ੂਜ਼ ਨਹੀਂ ਆਣਗੇ ਤੁਹਾਡੀ ਨਾਲ ਨਾਲ ਕਾਫੀ ਘੱਟ ਰੇਟ ਦੇ ਵਿੱਚ ਨਾ ਤੇ ਆਪਣੀ ਬੀਕਾਮ ਵਗੈਰਾ ਜਾਂ ਬੀਬੀਏ ਜੋ ਵੀ ਕਰਨੀ ਨਾਲ ਨਾਲ ਪੂਰੀ ਕਰ ਸਕਦੇ ਹੋ, ਤੇ ਮਤਲਬ ਜਿਨ੍ਹਾਂ ਦੇ ਮਾਰਕਸ ਵਧੀਆ ਆਏ ਹੈਗੇ ਆ ਮਤਲਬ ਕਲਾਸ 12 ਦੇ ਵਿੱਚ, ਤੇ ਉਹਨਾਂ ਨੂੰ ਕਾਫੀ ਕਨਸੈਸ਼ਨ ਵਗੈਰਾ ਵੀ ਵਧੀਆ ਹੈਗੀ, ਸਕਾਲਰਸ਼ਿਪ ਵਧੀਆ। ਏਪੀਜੇ ਆ ਹਰਕਤ ਹੈਗੀਆਂ ਕਿ ਨਹੀਂ ਹੈਗੀਆਂ? ਨਹੀਂ, ਏਪੀਜੇ ਵੀ ਸਕਾਲਰਸ਼ਿਪ ਆਲਮੋਸਟ ਨੈਗਲੀਜੀਬਲ ਹੈਗੀ ਆ, ਇੱਧਰ ਕਾਫੀ ਕੋਲ ਸਕਾਲਰਸ਼ਿਪ ਹੈਗੀਆਂ। ਫੀਸ ਸਟਰਕਚਰ ਵਗੈਰਾ ਦੱਸ ਮਾੜਾ। ਹਾਂ, ਫੀਸ ਸਟਰਕਚਰ ਦੀ ਅਗਰ ਗੱਲ ਕਰੀਏ ਆਪਾਂ ਇਹਦੇ ਵਿੱਚ ਈਅਰਲੀ ਜਿਹੜੀ ਫੀਸ ਹੋਏਗੀ 38,000-40,000 ਦੇ ਅਰਾਊਂਡ ਹੈਗੀ ਆ, ਇਨਕਲੂਡਿੰਗ ਜਿਹੜੇ ਜੀਐਨਡੀ ਜਿਹੜੇ ਚਾਰਜਸ ਆਉਂਦੇ ਆ ਇਨਕਲੂਡਿੰਗ ਇਹਦੇ ਵਿੱਚ। ਅੱਛਾ, ਤੇ 3 ਇੰਸਟਾਲਮੈਂਟਸ ਦੇ ਵਿੱਚ ਚਾਰਜਸ ਵਗੈਰਾ ਲੈ ਲੈਂਦੇ ਸਾਰੇ, ਮਤਲਬ ਕਾਫੀ ਈਜ਼ੀਲੀ ਪੇ ਹੋ ਜਾਂਦਾ, ਉਹ ਸਕਾਲਰਸ਼ਿਪ ਵੀ ਮਿਲ ਜਾਂਦੀ ਤੇ ਹੋਰ ਘੱਟ ਜਾਂਦੀ ਆ ਫੀਸ। ਇਹਦੇ ਹੋਰ ਮਤਲਬ ਕੱਲਾ ਕਮਰਸ ਤੇ ਆਰਟ ਦੇ ਕਾਲਜ ਹੈ ਕਿ ਹੋਰ ਵੀ ਇੱਥੇ ਹੈਗੇ ਆ? ਇੰਜੀਨੀਅਰਿੰਗ ਵਗੈਰਾ ਦੇ ਵੀ ਕੋਰਸਿਸ ਹੈਗੇ ਪਰ ਉਹ ਸੈਪਰੇਟ ਨਾ, ਡੇਵੀਏਟ ਬਿਲਕੁਲ ਕਲੋਜ਼ ਹੀ ਹੈਗਾ ਇਹਦੇ ਸਾਹਮਣੇ ਹੀ ਆ, ਤੇ ਉੱਥੇ ਇੰਜੀਨੀਅਰਿੰਗ ਵਗੈਰਾ ਦੇ ਕੋਰਸਿਸ ਅਵੇਲੇਬਲ ਹੈਗੇ ਆ, ਜਿੱਦਾਂ ਬੀਟੈਕ ਵਗੈਰਾ ਕਰਨੀ ਆ ਜਾਂ ਬੀਐਸਸੀ ਕਰਨੀ ਕਿਸੇ ਨੇ ਉਹ ਕਰ ਸਕਦੇ ਆ। ਅੱਛਾ, ਤੇ ਬੀਐਸਸੀ ਵੈਸੇ ਇੱਥੇ ਵੀ ਹੈਗੀ ਪਰ ਉਹ ਲਿਮਿਟਿਡ ਸਬਜੈਕਟਸ ਵਿੱਚ ਆ, ਜਿੱਦਾਂ ਇਕਨੋਮਿਕਸ ਵਿੱਚ ਹੋ ਗਈ ਜਾਂ ਹੋਰ ਥੋੜੇ ਬਹੁਤੇ ਸਬਜੈਕਟਸ ਆ। ਆ ਬੰਦੇ ਨੇ ਤੁਹਾਨੂੰ ਕਾਫੀ ਕੁਝ ਦੱਸਤਾ ਹੋਣਾ, ਸ਼ਾਇਦ ਤੁਹਾਨੂੰ ਕੁਝ ਪਤਾ ਲੱਗੇ ਨਾ ਲੱਗੇ ਮੈਨੂੰ ਨਹੀਂ ਪਤਾ, ਹੁਣ ਲੱਗ ਤਾਂ ਗਿਆ ਹੋਣਾ, ਨਹੀਂ ਤਾਂ ਰਿਪੀਟ ਕਰੇ ਦੁਬਾਰਾ ਸੁਣ ਲਓ। ਤੇ ਹੁਣ ਕੱਲ ਸਵੇਰੇ ਆਪਾਂ ਚੱਲਾਂਗੇ ਉੱਧਰ ਦੁਬਾਰਾ ਡੀਏਵੀ ਕਾਲਜ, ਤੇ ਕਰਾਂਗੇ ਤੁਹਾਨੂੰ ਪੂਰਾ ਕੈਂਪਸ ਟੂਰ, ਦੱਸਾਂਗੇ ਤੁਹਾਨੂੰ ਕੰਟੀਨ ਸਵਾਦ ਹੈ ਕਿ ਨਹੀਂ ਹੈ, ਡਿਸਐਡਵਾਂਟੇਜ ਹੋਰ ਕੀ, ਐਡਵਾਂਟੇਜ ਹੋਰ ਕੀ ਹੈ, ਸਭ ਕੁਝ ਐਂਡ ਡਿਟੇਲਸ ਦੱਸਾਂਗੇ, ਤੇ ਮਿਲਦੇ ਸਵੇਰੇ। ਕਾਲਜ ਦੀ ਅਤੇ ਇੱਧਰ ਬਾਹਰ ਪਾਰਕਿੰਗ ਪੂਰਕਿੰਗ ਆ, ਆ ਬੇਲਪੁਰੀ ਵਗੈਰਾ ਵਾਲੇ ਖੜ੍ਹੇ, ਇੱਧਰ ਕੁਲਚੇ ਵਾਲੇ ਖੜ੍ਹੇ ਆ, ਇੱਧਰ ਬੁੱਕਸ ਵਗੈਰਾ ਵਾਲੀ ਮਾਰਕੀਟ ਆ ਇੱਧਰ ਕਾਲਜ ਦੇ ਸਾਹਮਣੇ, ਅਤੇ ਇੱਧਰ ਆ ਕਾਲਜ ਰਿਸੈਪਸ਼ਨ, ਇੱਧਰ ਐਂਟਰੀ ਹੋ ਚੁੱਕੀ ਕਾਲਜ ਦੀ ਆਪਣੀ। ਹਾਂ ਬਈ ਕੀ ਹੈ ਤੁਹਾਡੇ ਕਾਲਜ ਘੁੰਮਣ ਲਈ? ਪਾਰਕਿੰਗ ਇੱਧਰ ਸੋਸ਼ਲ ਡਿਸਟੈਂਸਿੰਗ 'ਤੇ ਪਾਰਕਿੰਗ ਹੋਈ ਹੈ। ਆ ਕੀ ਲਿਖਿਆ, ਆਰ ਯੂ ਇਨ ਟਾਈਮ? ਨੋ, ਛੁੱਟੀ ਹੋਣ ਦਾ ਟਾਈਮ ਕਰਨਾ ਆਪਾਂ ਲਾਇਬ੍ਰੇਰੀ ਇੱਧਰ, ਤੇ ਮਤਲਬ ਆਹ ਬੰਦੇ ਦਾ ਆਹ ਹਿਸਾਬ ਹੈ ਜਿੱਦਾਂ ਨਾ ਬੰਦੇ 'ਚ ਜਿੱਦਾਂ ਉਹ ਭਰਿਆ ਹੁੰਦਾ, ਜਿੱਦਾਂ ਅੰਦਰ ਬੰਦਾ ਭਰਿਆ ਹੁੰਦਾ ਕਿ ਕਾਲਜ ਇੱਧਰ ਕੀ ਹੈ ਸਾਹਮਣੇ, ਪਤਾ ਨਹੀਂ ਰੈਡ ਬਿਲਡਿੰਗ ਰੈਡ ਫੋਰਟ ਗਾਈਜ਼, ਰੈਡ ਪੀ ਟੀ ਐਮ ਚੱਲ ਰਿਹਾ ਪਲੱਸ 1 ਪਲੱਸ 2 ਦਾ ਕਾਲਜ ਦਾ ਮੰਦਿਰ।
ਅੱਛਾ ਇੱਥੇ ਮੱਥਾ ਟੇਕ ਕੇ ਜਾਣਾ ਆਪਾਂ ਮਤਲਬ ਜਿੱਦਾਂ ਉੱਪਰ ਦੇਖ ਜਿੱਦਾਂ ਮਤਲਬ ਬੰਦੇ ਨੂੰ ਜੇ ਉਮੀਦ ਨਾ ਹੋਵੇ ਕਿ ਅੱਜ ਹਾਂ ਯਾਰ ਅੱਜ ਤਾਂ ਪੱਕਾ ਮਤਲਬ ਹੋਣਾ ਹੀ ਇੱਕ ਫੇਲ ਫੂਲ ਇੱਥੇ ਮੱਥਾ ਟੇਕ ਕੇ ਪ੍ਰਿੰਸੀਪਲ ਸਰ ਬਾਹਰ ਬੈਠੇ ਉਹਨਾਂ ਨੂੰ ਆਪਾਂ ਸ਼ੂਟ ਨਹੀਂ ਕਰਨਾ ਤੇ ਇੱਧਰ ਕਲਾਸਿਸ ਹੈ ਸਮ ਓਲਡ ਸਕੂਲ ਕਲਾਸਿਸ ਇੱਧਰ ਜ਼ੂਲੋਜੀ ਬਲੋਕ ਹੈ ਗਰਲਸ ਦੀ ਐਂਟਰੀ ਜਿੱਧਰ ਹੁੰਦੀ ਸੀਗੀ ਅਤੇ ਹਾਂ ਮੰਦਰ ਉੱਪਰ ਅਤੇ ਇੱਧਰ ਓਲਡ ਸਕੂਲ ਇਹ ਦੇਖ ਕੇ ਸਾਨੂੰ ਇੱਥੇ ਸਿੱਧੂ ਮੂਸੇ ਵਾਲਾ ਯਾਦ ਆ ਰਿਹਾ ਸਿੱਧੂ ਮੂਸੇ ਨਹੀਂ ਮਤਲਬ ਕਿੰਨੀ ਫੀਸ ਕਿੰਨੀ ਲੱਗੀ ਜੇ ਤੁਸੀਂ ਇੱਥੇ ਐਡਮਿਸ਼ਨ ਲੈਣੀ ਆ ਵੈਸੇ ਤਾਂ ਆਏ ਤੋਂ ਜੇ ਲੈਣੀ ਆ ਤੁਹਾਡਾ 45,000 ਰੁਪਇਆ ਲੱਗੇਗਾ ਸਾਲ ਦਾ ਤਾਂ ਲੱਗਦਾ ਅਤੇ ਜਿਹੜੇ ਹੈਗੇ ਆ ਹੁਸ਼ਿਆਰ ਕਿਡਸ ਜਿਹੜੇ ਮਤਲਬ 95% ਲਿਆਉਣ ਵਾਲੇ ਉਹਨਾਂ ਦਾ ਕੁਛ ਨਹੀਂ 15,000 ਚ ਸਰ ਜਾਏਗਾ ਮਤਲਬ 45,000 ਦਾ ਵਧੀਆ ਸਾਲ ਦਾ ਹੋਲੀਡੇ ਪੈਕੇਜ ਹੈ ਧੁੱਪ ਸੇਕਣ ਲਈ ਹੋਰ ਇੱਧਰ ਆਇਆ ਇੱਧਰ ਡਿਪਾਰਟਮੈਂਟ ਆਫ ਇਕਨੋਮਿਕਸ ਵਗੈਰਾ ਕਾਲਜ ਦਾ ਮਹੱਲਾ ਬੱਚੇ ਖੇਡਦੇ ਖੁੱਲਦੇ ਆ ਬੈਡਮਿੰਟਨ ਵਗੈਰਾ ਸਾਰੇ ਕੁਛ ਚਾਂਦੀ ਦੀ ਬਾਲ ਬਣਾ ਕੇ ਸਾਡੇ ਸਕੂਲ ਦੀ ਵੱਡੀ ਕੰਟੀਨ ਆ ਕਾਲਜ ਦੀ ਜਿਹੜੀ ਹਜੇ ਤੱਕ ਖੁੱਲ੍ਹੀ ਨਹੀਂ ਹੈ ਖੁੱਲ੍ਹਣੀ ਹੈ ਕਿ ਨਹੀਂ ਹਲੇ ਬੰਦ ਕੀਤੀ ਹੋਈ ਆ ਕਾਲਜ ਦੀ ਵੱਡੀ ਕੰਟੀਨ ਹੈ ਇੱਥੇ ਰਸ਼ ਵੀ ਘੱਟ ਆ ਨਾ ਵੈਸੇ ਕੰਪਿਊਟਰ ਸਾਇੰਸ ਦਾ ਡਿਪਾਰਟਮੈਂਟ ਸਾਰਾ ਕੀ ਲਿਖੀ ਹੈ ਕੀ ਲਿਖੇ ਗਿਆ ਪੜ੍ਹਨੀ ਹੋ ਰਹੀ ਇੱਕ ਦੇ ਉੱਪਰ ਇੱਕ ਲਿਖੀ ਹੋਈ ਹੈ ਜਿਵੇਂ ਤੁਹਾਨੂੰ ਟੀਚਰਸ ਮਿਲੂਗੇ ਨਾ ਸਾਰੇ ਘੱਟੋ ਘੱਟ ਨਹੀਂ 15-20 ਸਾਲ ਦਾ ਐਕਸਪੀਰੀਅੰਸ ਦੇ ਟੀਚਰ ਆ ਸਾਰੇ ਵੱਡੇ ਵੱਡੇ ਮਿਲੂਗੇ ਇੱਥੇ ਇੱਧਰ ਸਾਰੇ ਬੰਦੇ ਮਤਲਬ ਇੱਦਾਂ ਤਿਆਰ ਹੋ ਕੇ ਆਏ ਜਿੱਦਾਂ ਉਹਨਾਂ ਦੇ ਨਾ ਅੱਜ ਗਾਣਾ ਉਹਨਾਂ ਦਾ ਸ਼ੂਟ ਹੋਣਾ ਹੋਵੇ ਗਾਣਾ ਐਨ ਐਨਕਾ ਹੋਮਕਾ ਪਾ ਕੇ ਕਲਾਸ 'ਚ ਮਤਲਬ ਐਨਕਾ ਲਾ ਕੇ ਬੈਠੇ ਬਾਕੀ ਪਤਾ ਨਹੀਂ ਕੀ ਪਤਾ ਉਹਨਾਂ ਦਾ ਅੱਖ ਦਾ ਓਪਰੇਸ਼ਨ ਹੋਇਆ ਹੋਵੇ ਲੱਗਦਾ ਹੈ ਮਾਲ ਮੇਂ ਬਰਫ ਪੜਨੇ ਵਾਲੀ ਤਾਂ ਇੱਦਾਂ ਬੈਠੇ ਆ ਆਪਾਂ ਐਵੇਂ ਗਲਤ ਨਹੀਂ ਕਹਿਣਾ ਕਿਸੇ ਨੂੰ ਚਲੋ ਹੁਣ ਆਪਾਂ ਤੁਹਾਨੂੰ ਵੀ ਧੁੱਪ ਸੇਕ ਕੇ ਦਿਖਾਉਂਦੇ ਹਾਂ ਕਿੱਦਾਂ ਸੇਕੀ ਜਾਂਦੇ ਪੂਰੇ ਬੱਚੇ ਬੈਠੇ ਮਤਲਬ ਧੁੱਪ ਸੇਕ ਰਹੇ ਆ ਅਤੇ ਕਿੱਦਾਂ ਹੁਣ ਸਾਨੂੰ ਧੁੱਪ ਸੇਕਾ ਦਿਓ ਯਾਰ ਮੂੰਗਲੀਆਂ ਲੈ ਕੇ ਆਇਆ ਨਾਲ ਕੋਈ ਨਹੀਂ ਯਾਰ ਕੰਮ ਤਾਂ ਇੱਥੇ ਉਹੀ ਚੱਲ ਰਿਹਾ ਸ਼ਿਟ ਯਾਰ ਸ਼ਿਟ ਮੈਨ ਚਲੋ ਹੁਣ ਤੁਹਾਨੂੰ ਅਸੀਂ ਆਪਣੀ ਕਲਾਸ ਦਿਖਾਉਂਦੇ ਹਾਂ ਜੀ ਕਲਾਸ ਕਲਾਸ ਕਿੱਦਾਂ ਦੀ ਹੈ ਗਾਈਜ਼ ਇਹ ਕਲਾਸ ਹੈ ਸਾਡੀ ਕਲਾਸ ਹੈਗੀ ਗਾਈਜ਼ ਵਾਓ ਇਹ ਵੀ ਦੀ ਫੁੱਲ ਫਾਰਮ ਹੈ ਦਇਆਨੰਦ ਐਂਗਲੋ ਵੈਦਿਕ ਯੂਨੀਵਰਸਿਟੀ ਅੱਛਾ ਮੈਂ ਸੁਣੀ ਸੀਗੀ ਉਹ ਡੰਗਰ ਅੰਦਰ ਵੜ ਕਾਲਜ ਦੀ ਫੁੱਲ ਫਾਰਮ ਉਹ ਜਿਹੜੀ ਇਹਨੇ ਜਿਹੜੀ ਤੂੰ ਅਸੀਂ ਉਹ ਰਿਐਲਿਟੀ ਆ ਓਕੇ ਤੁਸੀਂ ਵੀ ਇਸੇ ਕਾਲਜ ਦੇ ਹੋ ਬੋਲ ਬੋਲ ਕੰਟੀਨਿਊ ਜਿਹੜੇ ਬੰਦੇ ਦਾ ਇੱਥੇ ਮਤਲਬ ਕੋਈ ਕੋਰਸ ਵਗੈਰਾ ਨਾਲ ਕਰ ਰਿਹਾ ਸੀ ਏ ਜਾਂ ਹੋਰ ਕੋਈ ਮਤਲਬ ਕੋਰਸ ਕਰ ਰਿਹਾ ਉਹਨਾਂ ਵਾਸਤੇ ਸਾਈਡ ਬਾਈ ਸਾਈਡ ਉਹਦੀ ਬੀ ਕੌਮ ਚੱਲੀ ਜਾਵੇ ਤਾਂ ਉਹਦੇ ਵਾਸਤੇ ਤਾਂ ਕਾਲਜ ਬੈਸਟ ਹੈ ਕਿਉਂਕਿ ਘੱਟ ਰੇਟ ਦੇ ਵਿੱਚ ਹੋ ਰਹੀ ਆ ਬੀ ਕੌਮ ਅੱਛਾ ਪਰ ਅਗਰ ਕੋਈ ਪਲੇਸਮੈਂਟ ਵਗੈਰਾ ਵਾਸਤੇ ਕਰਨਾ ਚਾਹੁੰਦਾ ਬੀ ਬੀ ਏ ਜਾਂ ਕੋਈ ਐਮ ਬੀ ਏ ਕਰਨਾ ਚਾਹੁੰਦਾ ਤਾਂ ਉਹਨੂੰ ਬੈਟਰ ਕਾਲਜ ਆਈ ਥਿੰਕ ਜਾਣਾ ਚਾਹੀਦਾ ਅੱਛਾ ਬੈਟਰ ਕਿੱਦਾਂ ਕਿਹੜਾ ਬੈਟਰ ਪਲੇਸਮੈਂਟ ਵਗੈਰਾ ਪ੍ਰੋਵਾਈਡ ਕਰ ਦੇਣ ਆ ਪਲੇਸਮੈਂਟ ਨਹੀਂ ਮਿਲਦੀ ਇੱਥੇ ਇੰਨੀ ਖਾਸ ਨਹੀਂ ਹੈਗੀ ਜਿਹਨੂੰ ਆਪਾਂ ਕਹੀਏ ਨਾ ਮਤਲਬ ਹਾਂ ਬੱਚਿਆਂ ਦੀ ਪ੍ਰੋਪਰ ਜਿੱਦਾਂ ਹੈ ਸੋਸ਼ਲ ਡਿਸਟੈਂਸਿੰਗ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਮਾਸਕ ਪਾਏ ਆ ਕਿਸਮਤਵੰਦ ਦੇਖੀ ਐਮੀ ਵਿਰਕ ਦੀ ਕਿਸਮਤਵੰਦ ਦੂਜਾ ਪਾਰਟ ਆ ਰਿਹਾ ਨਾ ਉਹਦੀ ਸ਼ੂਟਿੰਗ ਓ ਮਾਈ ਗੁੱਡਨੈਸ ਦੇ ਕਾਲਜ ਹੋਈ ਹੈ ਕਿਸਮਤ ਦੀ ਸ਼ੂਟਿੰਗ ਸਾਨੂੰ ਕੁਛ ਨਾ ਮਤਲਬ ਸ਼ੂਟ ਕਰਨ ਲਈ ਨਹੀਂ ਮਿਲ ਰਿਹਾ ਇੱਥੇ ਖਾਸ ਦੇ ਚੱਲ ਇੱਕ ਸਲੋਮੋ ਦੇ ਫਿਰ ਵਧੀਆ ਜੇ ਆਪਣੇ ਦੇ ਪੌਦੇ ਲਾਏ ਅੱਛਾ ਤਾਂ ਕਰਕੇ ਸਾਰੇ ਬੱਚੇ ਪਾਰਕ 'ਚ ਬੈਠੇ ਇਹਨਾਂ ਦੇ ਕੋਲ ਪੈ ਕੇ ਮਤਲਬ ਪੜ੍ਹੋ ਤਾਂ ਮਤਲਬ ਦੇਖੋ ਕਿੰਨੀ ਵਧੀਆ ਪੜ੍ਹਾਈ ਹੋ ਰਹੀ ਫੋਟੋ ਹਾਂ ਇੱਧਰ ਪੂਰੀ ਪੜ੍ਹਾਈ ਹੋ ਰਹੀ ਹੈ ਫੈਮਿਲੀ ਫੋਟੋ ਹੋ ਰਹੀ ਹੈ ਚੁੰਮ ਕੀ ਖਿਲਾ ਰਿਹਾ ਕੰਟੀਨ 'ਚੋਂ ਉਹਦੇ ਤੂੰ ਸਭੇ ਚੱਲ ਰਿਹਾ ਸਾਡੇ ਇੱਧਰ ਤੁਹਾਡੇ ਤੁਹਾਡੇ ਕੋਲ ਸਭੇ ਵੀ ਹੈ ਨਹੀਂ ਨਹੀਂ ਬਾਹਰ ਹੈ ਨਾ 1 ਕਿਲੋਮੀਟਰ ਦੂਰ
ਗਾਈਸ ਦਾ ਵਾਟਰ ਕੂਲਰ ਲੱਗਾ ਤੇ ਇਹਨੂੰ ਤਾਲਾ ਲੱਗਾ ਤੇ ਇਹਨੂੰ ਇਸ ਬੰਦੇ ਨੇ ਕਿੱਧਰ ਕਿਹਨੇ ਉਹ ਇਸ ਬੰਦੇ ਨੇ ਡੋਨੇਟ ਕੀਤਾ ਸੀਗਾ ਤਾਲਾ ਲੱਗਾ ਕੋਈ ਪਾਣੀ ਚੁਰਾ ਨਾ ਲਵੇ ਨਹੀਂ ਤਾਲਾ ਪਤਾ ਕਿਉਂ ਲਗਾਇਆ ਕੰਟੀਨ ਵਾਲਿਆਂ ਦੀ ਸਟ੍ਰੈਟਜੀ ਆ ਓ ਮਾਈ ਗੋਡ ਨਹੀਂ ਤਾਂ ਪਾਣੀ ਕਿੱਦਾਂ ਵੀ ਕੋਈ ਕਹਿੰਦੇ ਇੱਧਰ ਵਾਟਰ ਕੂਲਰ ਚਲਾ ਦਾਂਗੇ ਤਾਂ ਗਾਈਸ ਬਿਜ਼ਨਸ ਸਟ੍ਰੈਟਜੀ ਇੱਥੇ ਬਹੁਤ ਚੱਲ ਰਹੀ ਹੈ ਡੀਏਵੀ ਕਾਲਜ ਹਾਂ ਸਾਡੀ ਛੋਟੀ ਗਲੀਆਂ ਵਿੱਚ ਉਹਦੀ ਪੀੜੀਆਂ ਗਲੀਆਂ ਅੱਛਾ ਰੈੱਡ ਕ੍ਰੋਸ ਤੋਂ ਲੈਂਦਾ ਇਧਰ ਕਲਾਸਿਸ ਆ ਸਾਰੀਆਂ ਵਾਲੀਆਂ ਨਹੀਂ ਵਾਸ਼ਰੂਮ ਬੁਆਇਜ਼ ਜਿੱਤਾ ਲੱਗਾ ਕਹਿੰਦੇ ਆਪਣਾ ਪੋਟ ਨਾਲ ਲੈ ਕੇ ਆ ਲਿਫਾਫਾ ਨਾਲ ਲੈ ਕੇ ਆ ਆਪਣਾ ਤੇ ਹੈ ਇਧਰ ਜੀਓਗ੍ਰਾਫੀ ਦਾ ਡਿਪਾਰਟਮੈਂਟ ਗਾਈਸ ਇਧਰ ਦੇ ਆਫਿਸ ਹੈਗੇ ਆ ਤੇ ਸਾਰੇ ਵੀ ਕਾਲੇ ਲੱਗੇ ਹੋਏ ਆ ਟੀਚਰ ਆ ਨਹੀਂ ਦੇ ਟੀਚਰ ਅੱਛਾ ਟੀਚਰ ਛੁੱਟੀ ਤੇ ਬੱਚੇ ਆ ਰਹੇ ਇਹ ਸ਼ਾਰਟਕਟ ਹੈ ਹਾਬ ਫੀਸ ਕਾਊਂਟਰ ਵੱਲ ਜਾਣ ਨੂੰ ਹੈ ਫੀਸ ਕਾਊਂਟਰ ਵੱਲ ਜਾਣ ਨੂੰ ਆ ਵੀ ਲਾਲਾ ਸੂਰੇ ਬਲੌਕ ਇੱਧਰ ਐਨ ਸੀ ਸੀ ਵਗੈਰਾ ਤੂੰ ਵੀ ਐਨ ਸੀ ਸੀ ਜੁਆਇਨ ਕਰ ਲਾ ਉਹਦੇ ਮੈਂ ਤੈਨੂੰ ਉਡਾ ਦੇਣਾ ਆਪਾਂ ਹੋਰ ਉਹਦੇ ਫਿਰ ਤੈਨੂੰ ਕੀ ਲੱਗਦਾ ਤੇਰਾ ਕਾਲਜ ਕਿੰਨੇ ਕੀ ਰਿਵਿਊ ਦਊਂਗਾ ਆਪਣੇ ਕਾਲਜ ਦੇ ਓਨੈਸਟ ਵਾਲੇ ਸਾਡੇ ਚੈਨਲ 'ਤੇ ਓਨੈਸਟ ਰਿਵਿਊ ਮਿਲਦੇ ਗਏ ਕੀ ਕੋਸਟ ਤੈਨੂੰ ਕੀ ਮਤਲਬ ਕੀ ਲੱਗਦਾ ਤੈਨੂੰ ਕਿਸੇ ਨੂੰ ਮਤਲਬ ਕਾਫੀ ਇਕਨੋਮਿਕਲ ਕਾਲਜ ਅਗਰ ਕਿਸੇ ਦੇ ਵਧੀਆ ਮਾਰਕਸ ਵਗੈਰਾ ਆਏ ਆ 90+ 95+ ਕਾਫੀ ਅੱਛੀ ਸਕਾਲਰਸ਼ਿਪਸ ਵਗੈਰਾ ਵੀ ਮਿਲ ਜਾਂਦੀਆਂ ਮੈਰਿਟ ਬੇਸ ਸਕਾਲਰਸ਼ਿਪ ਜਾਂ ਮਤਲਬ ਕਾਸਟ ਬੇਸਡ ਮਤਲਬ ਜਿੱਦਾਂ ਐਸ ਸੀ ਐਸ ਟੀ ਮਤਲਬ ਕਾਫੀ ਅੱਛੀ ਸਕਾਲਰਸ਼ਿਪਸ ਹੈਗੀਆਂ ਵਾ ਬਹੁਤ ਜ਼ਿਆਦਾ ਮਤਲਬ ਈਵਨ 90-95% ਜਿਹੜੀ ਫੀਸ ਹੈਗੀ ਨਾ ਰਿਡਿਊਸ ਹੋ ਜਾਂਦੀ ਹੈ ਅੱਛਾ ਮਤਲਬ ਸੈਮੀ ਗਵਰਨਮੈਂਟ ਕਾਲਜ ਹੀ ਹੈ ਇੱਕ ਹਿਸਾਬ ਦੇ ਹਾਂ ਕਾਫੀ ਏਡਸ ਵਗੈਰਾ ਆਉਂਦੀਆਂ ਵਾ ਅਤੇ ਇਸ ਕਾਰਨ ਕਾਫੀ ਅੱਛਾ ਅਤੇ ਗਾਈਸ ਇਹ ਇਹਨਾਂ ਦੀ ਕੰਟੀਨ ਜਿਹੜਾ ਸਾਰਾ ਪੈਸਾ ਪੰਜਾਬ ਗਵਰਨਮੈਂਟ ਨੂੰ ਜਾਂਦਾ ਅਤੇ ਆ ਰਿਹਾ ਮੈਨਿਊ ਦੇਖ ਲਓ ਇੱਕ ਵਾਰੀ ਅਤੇ ਇੰਜੋਏ ਕਰੋ ਤਦ ਤੱਕ ਸਿਨੇਮੈਟਿਕ ਸ਼ੋਟਸ ਰਿਵਿਊ ਕਰਨ ਲੱਗੇ ਇਹ ਆ ਗਏ ਸਪਰਿੰਗ ਰੋਲ ਇਹ ਆ ਕਿਹੜਾ ਪੀਜ਼ਾ ਸੈਂਡਵਿਚ ਪੀਜ਼ਾ ਸੈਂਡਵਿਚ ਤੇ ਅਨਬਾਕਸਿੰਗ ਕਰਕੇ ਦਿਖਾਣਾ ਅਨਪੈਕਿੰਗ ਕਰੋ ਇਹਦੀ ਅਨਪੈਕਿੰਗ ਉਹਦਾ ਸ਼ਕਲੋਂ ਤਾਂ ਸਿਆਣ ਲੱਗਦਾ ਹੁਣ ਤਾਂ ਖਾ ਕੇ ਪਤਾ ਲੱਗੇਗਾ ਅਕਲ ਕਿੰਨੀ ਤੇ ਸ਼ਕਲ ਕਿੰਨੀ ਹੈ ਗਾਈਸ ਪਹਿਲਾਂ ਇੱਕ ਆ ਖਾਣ ਲੱਗਾ ਮੈਂ ਗਾਈਸ ਸਹੀ ਗੱਲ ਨਹੀਂ ਰੱਖੋ ਰੁਕ ਜਾ ਰੱਖਦੇ ਹਲੇ ਤੇ ਉੱਡ ਨਾ ਜਾਏ ਕਹੀਂ ਇਹ ਚੈੱਕ ਕਰਦੇ ਖਾਏ ਕੀ ਟੇਸਟ ਹੈ ਇਹਦਾ ਇੱਕ ਮਿੰਟ ਲੈਟ ਮੀ ਟ੍ਰਾਈ ਓਨੈਸਟ ਰਿਵਿਊਸ ਇਧਰੋਂ ਆਏਗਾ ਕਿੰਨੇ ਦਾ ਮਹਿੰਗਾ 10 ਰੁਪਏ ਦਾ ਸਵਾਦ ਤਾਂ ਹੈ ਪਰ ਰੇਟ ਹਲਕਾ ਹੈ ਜ਼ਿਆਦਾ ਕੰਟੀਨ ਦੇ ਹਿਸਾਬ ਨਾਲ ਸਹੀ ਹੈ ਹਾਂ ਤੁਹਾਨੂੰ ਦਿਖਾਇਆ ਨਾ ਉੱਥੇ ਗੌਰਮੈਂਟ ਨੂੰ ਸਾਰਾ ਪੈਸਾ ਜਾ ਰਿਹਾ ਹੈ ਕਿੰਨੇ ਪੁਆਇੰਟ ਦਊਂਗਾ 10 'ਚੋਂ 10 'ਚੋਂ ਰਿੰਗ ਰੋਲ ਹਾਂ 7.2 ਸਾਡੀ ਕਾਲਜ ਸਕੂਲ ਦੀ ਕੰਟੀਨ ਨਾਲੋਂ ਤਾਂ ਕਾਫੀ ਵਧੀਆ ਹਾਂ 10 'ਚੋਂ ਇਹਨੂੰ ਮੈਂ ਦਊਂਗਾ 6.0 ਸਹੀ ਹੈ ਕੁਛ ਖਾਸ ਨਹੀਂ ਹੈ ਚੱਲ ਚੱਲ ਕਿੰਨੇ ਪੁਆਇੰਟ 10 'ਚੋਂ ਕਿੰਨੇ ਪੁਆਇੰਟ 3-4 3.5 ਹਾਂ ਉਹਦੇ ਫਿਰ ਮੁਝਾ ਕਾ 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 ਡਿਜੇਸ਼ਨ ਹੋ ਗਈ ਚਲਾ ਗਿਆ ਅੰਦਰ ਕਿੰਨੇ ਪੁਆਇੰਟ ਨਹੀਂ ਸਵਾਦ ਆਇਆ ਉਹ ਦਿਨ ਖਾਧਾ ਹੀ ਵਧੀਆ ਲੱਗਾ ਸੀ ਮਤਲਬ ਅੱਜ ਕੀ ਆ ਇਹ ਦੱਸ ਤੂੰ 10 'ਚੋਂ ਕਿੰਨੇ ਪੁਆਇੰਟ 3-4 ਗਈ ਸੁਣਾ ਖਾਣ ਲੱਗਿਆ ਮੈਂ ਖਾਣ ਲੱਗਾ ਹੈ ਥੈਂਕ ਯੂ ਅਜੀਬ ਜਿਹੜੇ ਨਹੀਂ ਸਹੀ ਬਸ ਹੈ ਸਪਰਿੰਗ ਰੋਲ ਸਹੀ ਸੀ ਤੁਹਾਡਾ ਸਪਰਿੰਗ ਰੋਲ ਸਹੀ ਹੈ ਹੋਰ ਕੁਛ ਹੈ ਹੀ ਨਹੀਂ ਹੋਰ ਕੁਰਕਰੇ ਵਗੈਰਾ ਹੀ ਹੈ ਹੋਰ ਬਰਗਰ ਵਗੈਰਾ ਉਹ ਦੇਖਣ ਨੂੰ ਮਤਲਬ ਪੁਰਾਣਾ ਜਿਹਾ ਲੱਗ ਰਿਹਾ ਮੈਨੂੰ ਆਪ ਪਤਾ ਕਾਫੀ ਲੇਟ ਬਣਾਈ ਮੈਂ ਵੀਡੀਓ ਕੁਛ ਮਤਲਬ ਮੇਰੇ ਐਗਜ਼ਾਮਸ ਵਗੈਰਾ ਚੱਲ ਰਹੇ ਸੀਗੇ ਜਿਸ ਕਾਰਨ ਵੀਡੀਓ ਲੇਟ ਹੋ ਗਈ ਬਟ ਹੁਣ ਤੁਹਾਨੂੰ ਮਿਲੂਗੀ ਬੈਕ ਟੂ ਬੈਕ ਵੀਡੀਓ ਅਗਲੀ ਵੀਡੀਓ 'ਚ ਆਪਾਂ ਚੱਲੇ ਕਮਾਲ ਦੀ ਜਗ੍ਹਾ 'ਚ ਮਤਲਬ ਆਪਾਂ ਮਤਲਬ ਡੀ ਏ ਵੀ ਕਾਲਜ ਤਾਂ ਤੁਸੀਂ ਦੇਖ ਲਿਆ ਹੁਣ ਆਪਾਂ ਚੱਲਦੇ ਹਾਂ ਡੀ ਏ ਵੀ ਕਾਲਜ ਦੇ ਆਸੇ ਪਾਸੇ ਕਿਹੜੀਆਂ ਖਾਣ ਪੀਣ ਦੀਆਂ ਮਸ਼ਹੂਰ ਜਗ੍ਹਾ ਹੈ ਇਸੇ ਦੇ ਨਾਲ ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ ਤੱਕ ਗੁੱਡ ਬਾਏ ਟੇਕ ਕੇਅਰ ਸਾਡੇ ਸਮੋਸੇ ਆ ਚੁੱਕੇ ਵੈਜ ਮਜ਼ਾ ਹੈ ਨੋਨ ਵੈਜ ਮਜ਼ਾ ਹੈ ਵਾਓ ਵਲੌਗ 'ਚ ਨਹੀਂ ਆਉਣਾ ਚਾਹ ਰਿਹਾ ਪਰ ਆਪਾਂ ਇਹਨੂੰ ਲੈਣਾ ਹੈ ਅਰੇ 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 ਬੇਚੇ ਤੁਮ ਤਾਂ ਬੜੇ ਹੈਵੀ ਡਰਾਈਵਰ ਹੋ ਯਾਰ